ਕਰਦਿਆਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਗਾਵਾ ਮਾਨ ਸਿੰਘ ਵਾਲਾ ਘਰ ਵਿੱਚ ਇੱਕ ਔਰਤ ਜਿਸ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ, ਜਿਸ ਦਾ ਨਾਮ ਸੁਰਜੀਤ ਕੌਰ ਹੈ, ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲਿਸ ਨੇ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਘਰ ਵਿੱਚ ਬਜ਼ੁਰਗ ਜੋੜਾ ਰਹਿ ਰਿਹਾ ਸੀ। ਦੇਰ ਰਾਤ ਕੁਝ ਅਣਪਛਾਤੇ ਲੋਕਾਂ ਨੇ ਘਰ ਦੇ ਵਿੱਚ ਹੀ ਕਰੀਬ 55 ਸਾਲ ਦੀ ਸੁਰਜੀਤ ਕੌਰ ਦਾ ਕਤਲ ਕਰ ਦਿੱਤਾ, ਜਿਸ ਦਾ ਪਤਾ ਚੱਲਣ ਉੱਤੇ ਦੂਜੇ ਪਰਿਵਾਰ ਵਾਲਿਆਂ ਵੱਲੋਂ ਪੁਲਿਸ ਨੂੰ ਸੂਚਿਤ ਕੀਤੇ ਜਾਣ ਉੱਤੇ ਮੌਕੇ ਤੇ ਪੁੱਜੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਔਰਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਸੁਰਜੀਤ ਕੌਰ ਤੇ ਉਸਦਾ ਪਤੀ ਇਕੱਲੇ ਰਹਿੰਦੇ ਸਨ ਤੇ ਰਾਤ ਨੂੰ ਕਿਸੇ ਅਣਪਛਾਤੇ ਲੋਕਾਂ ਨੇ ਸੁਰਜੀਤ ਕੌਰ ਦਾ ਕਤਲ ਕਰ ਦਿੱਤਾ ਹੈ। ਸੁਰਜੀਤ ਕੌਰ ਦੇ ਲੜਕੇ ਮੰਗਲ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤੇ ਦੂਸਰੇ ਪਾਸੇ ਮੱਖਣ ਸਿੰਘ ਸਾਬਕਾ ਪੰਚ ਉਹਨਾਂ ਨਾਲ ਗੱਲਬਾਤ ਕੀਤੀ ਹੈ। ਕੀ ਗੱਲਬਾਤ ਕੀਤੀ ਹੈ, ਆਓ ਸੁਣਦੇ ਹਾਂ। ਹਾਂਜੀ ਮੰਗਲ ਸਿੰਘ, ਕੀ ਘਟਨਾ ਵਾਪਰੀ ਤੁਹਾਡੇ ਘਰੇ? ਇਹ ਜੀ, ਅਸੀਂ ਤਾਂ ਕੰਮ ਕਰਨ ਗਏ ਹੋਏ ਸੀਗੇ ਜੀ, ਅਤੇ ਉਸ ਤੋਂ ਬਾਅਦ ਅਸੀਂ ਆ ਕੇ 9 ਵਜੇ ਵੇਖਿਆ ਜੀ, ਅਤੇ 9 ਵਜੇ ਆ ਕੇ ਵੇਖ ਕੇ ਜੀ ਉਹਨੂੰ, ਅਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਖਬਰ ਕਰਤੀ ਸੀਗੀ। ਹੁਣ ਪੁਲਿਸ ਕਾਰਵਾਈ ਕਰ ਰਹੀ ਹੈ। ਪਹਿਲਾਂ ਤੁਸੀਂ ਉਹਨੂੰ ਪਾਲਿਆ ਵੀ? ਪਾਲਿਆ ਸੀਗਾ ਜੀ। ਕਿੱਥੇ ਪਾਲਿਆ? ਹੈਂ, ਪਿੰਡ 'ਚ ਵੀ ਪਾਲਿਆ ਜੀ, ਪਰ ਨਹੀਂ ਮਿਲਿਆ। ਘਰਾਂ 'ਚ ਵੀ ਪਾਲਿਆ, ਆਂਢ ਗੁਆਂਢ, ਉੱਥੇ ਨਹੀਂ ਮਿਲਿਆ ਜੀ। ਤੇਰੀ ਮਾਤਾ ਜਿਹੜੀ ਹੈ ਘਰ ਦੇ ਵਿੱਚ ਇਕੱਲੇ ਰਹਿੰਦੇ ਸੀ? ਹਾਂਜੀ। ਨਹੀਂ ਜੀ, ਇਹ ਦੋਨੇ ਜੀ ਰਹਿੰਦੇ ਹੁੰਦੇ ਸੀਗੇ, ਅਤੇ ਮੇਰਾ ਭਰਾ ਵੀ ਸੀਗਾ ਛੋਟਾ। ਮਾਤਾ ਦੀ ਹੋਊਗੀ ਲਗਭਗ ਬਸ 50 ਸਾਲ, 50-65 ਸਾਲ ਹੋਊਗੀ। ਹੈਂ? ਨਹੀਂ, ਘਰ ਹੀ ਰਹਿੰਦੇ ਸੀ। ਘਰ ਕਿੰਨੇ ਭੈਣ ਭਰਾ ਤੁਸੀਂ? ਹੈਂ, 5 ਜੀ। ਭੈਣਾਂ ਵਿਆਹੀਆਂ? ਹਾਂਜੀ। ਕੀ ਮੰਗ ਕਰਦੇ ਹੋ? ਹੈਂ, ਕੀ ਮੰਗ ਕਰਦੇ ਹੋ ਤੁਹਾਡੇ? ਮੰਗ ਤਾਂ ਜੀ ਕੋਈ ਨਹੀਂ ਗਈ, ਅਜੇ ਤਾਂ ਹੁਣ ਪਤਾ ਲੱਗੂਗਾ ਇਹ ਪੁਲਿਸ ਕਾਰਵਾਈ ਕਰੂਗੀ ਤਾਂ। ਪ੍ਰਸ਼ਾਸਨ ਤੋਂ ਮੰਗ ਲਿਓ ਵੀ ਸਾਡੇ ਤੁਹਾਡੇ ਨਾਲ ਇਨਸਾਫ ਹੋਣਾ ਚਾਹੀਦਾ। ਹੈਂ? ਪ੍ਰਸ਼ਾਸਨ ਤੋਂ ਮੰਗ? ਹਾਂਜੀ ਹਾਂਜੀ ਹਾਂਜੀ, ਇਨਸਾਫ ਹੋਣਾ ਚਾਹੀਦਾ। ਹਾਂਜੀ ਹਾਂਜੀ। ਤੁਹਾਡਾ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਜਾਂ ਕੋਈ? ਨਹੀਂ ਜੀ, ਉਹ ਹੈ ਨਹੀਂ ਸੀਗਾ। ਨਾ ਨਾ, ਉਹ ਕੋਈ ਘਰੇਲੂ ਝਗੜਾ ਹੈ ਨਹੀਂ, ਮਾੜਾ ਮੋਟਾ ਤਾਂ ਜੀ ਦੋ ਜੀਆਂ ਦਾ ਚੱਲੀ ਜਾਂਦਾ ਹੁੰਦਾ। ਲੜੀ ਤਾਂ ਕਿਸੇ ਨਾਲ ਨਹੀਂ ਲੜੀ ਜੀ। ਨਾ ਜੀ, ਆਪਣੇ ਮੱਖਣ ਸਿੰਘ ਸਾਬਕਾ ਮੈਂਬਰ ਹੈ ਜੀ। ਤੁਹਾਡੇ ਪਿੰਡ 'ਚ ਜਿਹੜਾ ਇੱਕ ਲੇਡੀਜ਼ ਦਾ ਕਤਲ ਹੋਇਆ, ਉਹਦੇ ਬਾਰੇ ਇਹੀ ਹੈ ਜੀ, ਜੋ ਜਿਹਨੇ ਮਤਲਬ ਕਤਲ ਕੀਤਾ ਹੈ ਉਹਦੋਂ ਸਾਨੂੰ ਵੀ ਇੱਕ ਸਾਨੂੰ ਇਨਸਾਫ ਮਿਲਣਾ ਚਾਹੀਦਾ, ਸਾਨੂੰ ਛੇਤੀ ਛੇਤੀ ਪਤਾ ਲੱਗਣਾ ਚਾਹੀਦਾ ਵੀ ਕਿਹੜੇ ਬੰਦੇ ਨੇ ਕੀਤਾ ਜੀ। ਹਾਂਜੀ, ਹਜੇ ਪਤਾ ਨਹੀਂ ਲੱਗਾ ਜੀ ਕੋਈ, ਅਤੇ ਅਸੀਂ ਮਤਲਬ ਹੁਣ ਪੁਲਿਸ ਇਨਵਾਲਵ ਕਰਾਉਂਦੇ ਹਾਂ, ਕਰਾ ਕੇ ਮੁੜ ਕੇ ਉਸ ਤੋਂ ਬਾਅਦ 'ਚ ਅਸੀਂ ਜਿਹੜੀ ਪੁਲਿਸ ਕਾਰਵਾਈ ਜ਼ਰੂਰੀ ਕਰਨੀ ਚਾਹੀਦੀ ਜੀ ਪੁਲਿਸ ਵਾਲੇ। ਨਾ ਜੀ, ਸਾਨੂੰ ਕੋਈ ਕਿਸੇ ਦੇ ਸ਼ੱਕ ਨਹੀਂ, ਨਾ ਕੋਈ ਸੁਭਾਅ ਇਹ ਜੀ ਕਿਸੇ ਨਾਲ ਲੜੇ ਤਾਂ ਹੀ ਨਹੀਂ ਜੀ, ਕੋਈ ਕਿਸੇ ਪਿੰਡ ਦੇ ਨਾਲ ਕੋਈ ਚੱਕਰ ਕੋਈ ਲੜਿਆ ਨਹੀਂ, ਕੋਈ ਪੜੇ ਨਹੀਂ ਕਿਸੇ ਨਾਲ, ਹੱਸਦੇ ਰਹਿੰਦੇ ਰਹੇ ਜੀ ਪਿੰਡ 'ਚ। ਉਮਰ ਦੀ ਮਾਤਾ ਦੀ ਉਮਰ ਹੋਣੀ ਜੀ 50-52 ਸਾਲ ਦੀ, ਉਹਦਾ ਇੱਥੇ ਹੋ। ਸਾਨੂੰ ਜੀ ਇਸ ਕਰਕੇ ਮਤਲਬ ਪਿੰਡ 'ਚ ਅਸੀਂ ਰਹਿੰਦੇ ਹਾਂ, ਪਿੰਡ 'ਚ ਜਦੋਂ ਇੱਕ ਦੂਜੇ ਦੀ ਗੱਲ ਚੱਲਦੀ ਹੈ ਵੀ ਆਹ ਗੱਲ ਹੋਈ ਹੈ ਹੋ ਗਈ, ਅਸੀਂ ਫਿਰ ਆ ਕੇ ਪਤਾ ਕੀਤਾ ਜੀ ਇਹਨਾਂ ਤੋਂ। ਆਹੀ ਤਲਾਸ਼ ਨਹੀਂ, ਸਾਨੂੰ ਤਾਂ ਕੋਈ ਪਤਾ ਹੀ ਨਹੀਂ ਸੀ ਇਹਨਾਂ ਦੀ ਲੜਾਈ ਦਾ, ਕੋਈ ਪਤਾ ਨਹੀਂ ਸੀਗਾ ਜੀ ਤਲਾਸ਼। ਨਾ ਜੀ, ਨਾ ਕੋਈ ਮਤਲਬ ਸੀ, ਸਾਨੂੰ ਪਤਾ ਲੱਗਿਆ ਫਿਰ ਅਸੀਂ ਮਤਲਬ ਵੇਖਿਆ ਜਦੋਂ ਘਰ 'ਚ ਵੇਖਿਆ ਤਾਂ ਆਹ ਗੱਲ ਬਣੀ ਪਈ ਸੀ। ਆਹੀ। ਦੂਜੇ ਪਾਸੇ ਥਾਣਾ ਮੁਖੀ ਰੁਪਿੰਦਰ ਕੌਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਕਰੀਬ 11 ਵਜੇ ਸੂਚਨਾ ਮਿਲੀ ਸੀ ਕਿ ਪਿੰਡ ਮਾਨ ਸਿੰਘ ਵਾਲਾ ਵਿਖੇ
ਸੁਰਜੀਤ ਕੌਰ ਨਾਮ ਦੀ ਔਰਤ ਦਾ ਕਤਲ ਹੋਇਆ ਹੈ, ਜਿਸ ਦੀ ਪੜਤਾਲ ਕੀਤੇ ਜਾਣ ਉੱਤੇ ਅਣਪਛਾਤੇ ਲੋਕਾਂ ਉੱਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ, ਅਨਨੋਨ 'ਤੇ FIR ਰਜਿਸਟਰ ਕੀਤੀ ਆ, ਪਰਿਵਾਰਿਕ ਮੈਂਬਰਾਂ ਨੂੰ ਹਾਲੇ ਕਿਸੇ 'ਤੇ ਕੋਈ ਡਾਊਟ ਨਹੀਂ ਹੈਗਾ, ਤਾਂ ਅਸੀਂ ਆਪਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ, ਜਿੱਦਾਂ ਇਨਵੈਸਟੀਗੇਸ਼ਨ 'ਚ ਜੋ ਫੈਕਟ ਸਾਹਮਣੇ ਆਉਂਦੇ ਆ ਉੱਦਾਂ ਦੀ ਕਾਰਵਾਈ ਕਰਾਂਗੇ ਅੱਗੇ। ਸਾਨੂੰ ਇਨਫੋਰਮੇਸ਼ਨ ਕਰੀਬ 11:30 ਮਿਲੀ ਸੀ ਰਾਤ, ਅਸੀਂ ਹਜੇ ਇਨਵੈਸਟੀਗੇਟ ਕਰ ਰਹੇ ਹਾਂ ਜੀ ਇਸ ਚੀਜ਼ ਨੂੰ, ਤਾਂ ਜਿੱਦਾਂ ਵੀ ਫੈਕਟ ਸਾਹਮਣੇ ਆਉਂਦੇ ਆ ਤਾਂ ਉਸੇ ਹਿਸਾਬ ਨਾਲ ਕਲੀਅਰ ਕਰਾਂਗੇ। ਸ਼੍ਰੀ ਮੁਕਤਸਰ ਸਾਹਿਬ ਤੋਂ ਗੁਰਿੰਦਰ ਸੇਖੋਂ ਦੀ ਰਿਪੋਰਟ।